बोले सोने हाल सास भी अकाल। सारियां निका स्वागत, सत श्री अकाल, नमस्कार, अदाब टू अनदर वेरी एक्साइटिंग हेल्थ प्रोग्राम। डॉक्टर मनजीत कौर नाल लेके जा रही हर बुधवार 5:20 ऑन अ शो ऑन अ जर्नी, जिथे मेरे बहुत डूंगे अपनी कम्यूनिटी के मसले आ उस दे विच मैं चानना पाना चाहती हाँ, कुछ रोशनी देना चाहती हाँ। और जिहड़े अज्ञानता दा अंधेरे विच आपां बैठे ने और वी आर ड्राउंड विद यू नो एलोपैथिक ड्रग्स, देर इज़ अ स्टोरी, देर इज़ हैल्प आउट देयर विद ऑल्टरनेटिव, एज लॉन्ग एज साफ सुथरे प्रोडक्ट्स होण एंड दे आर बाउंड टू वर्क एंड दे आर नोन टू वर्क। सो सारिआं दा निघा स्वागत, अनदर न्यू शो फॉर यू लैके जा रही तुहानूं एक शो ते जिहड़ा कि बहुत यूनिवर्सली कोई ब्राउन है, कोई डार्क ब्राउन है, कोई बहुत चिट्टा है, कोई किसी दी स्किन बदामी रंग है। ये मसला अज हैगा ह्यूमन स्किन, अपनी चमड़ी की बीमारियां, उस ते उत्ते आपनूं ज्ञान देना चाहती हाँ और रोशनी पाना चाहती हाँ। क्यों इस कंडीशन इन्नी ज़्यादा कि 2.5 newborn Asian children are born with eczema, psoriasis, asthma and hay fever allergies. They will have triple, they will have one or the two. There is serious issues jede ke sade naujawan navi third generation na second generation de vich hunde si, but not so extreme. Ajkal jamdeyan nu bachiyan nu eh issues ho rahe ne aur midwives keh rahiyan ne jehdiyan ke sadiyan diyan khuraakaan dadi maa diyan kehndiyan ji panjeeri na khao taan tade bacche nu eczema ho gaya, dabda ni khana taan tuhanu ho gaya eczema, pinniyan ni khaniyan, you know these were dadi maa nukshe jehde shile to baad karde hunde si hai. Par chalde fir bahut roshni paawangi ajj de program te, dekhte raho. So 1.6 trillion cells apne har roz jehde skin de hege ne bande ne, 16% saadi body weight sareer da weight hega ya skin chamdi. Between every hour haran hovange between 30 to 40,000 skin cells digde ne apne sareer to aur nave ban rahe ne. ਇੰਨਾ ਕੰਪਲੈਕਸ ਬਾਡੀ ਦਾ ਇਹ ਟਿਸ਼ੂ ਹੈਗਾ ਆ, ਬਾਹਰ ਤੋਂ ਸਾਨੂੰ ਸਕਿਨ ਨਜ਼ਰ ਆਉਂਦੀ ਹੈ, ਤਿੰਨ ਵੱਡੇ ਲੇਅਰ ਆ, ਉਹਦੇ ਵਿੱਚੋਂ ਹੋਰ ਲੇਅਰਸ ਕਰਕੇ 7 ਲੇਅਰਸ ਹੈਗੇ ਨੇ ਆਪਣੀ ਚਮੜੀ ਦੇ। ਆਪਾਂ ਕਹਿ ਦਿੰਦੇ ਕੋਈ ਬਹੁਤ ਬਦਾਮੀ ਰੰਗ ਹੈ, ਕੋਈ ਕਿਸੇ ਦਾ ਰੰਗ ਬੜਾ ਕੂੜਾ ਹੈ, ਮੁੰਡੇ ਨੂੰ ਗੋਰੇ ਰੰਗ ਦੀ ਕੁੜੀ ਚਾਹੀਦੀ ਆ, ਮੁੰਡਾ ਬਹੁਤ ਕਾਲਾ ਅਤੇ ਕੁੜੀ ਨੇ ਨਾ ਕਹਿਤੀ, ਪਰ ਦੇਖੋ ਦਿਲ ਸਾਫ਼ ਹੈ, ਦਿਲ ਦਾ ਮਾਮਲੇ ਬਾਰੇ ਵੀ ਗੱਲਾਂ ਕਰ ਰਹੇ ਹਾਂ। ਔਰ ਐਪੀਡਰਮਿਸ ਲੇਅਰ ਜਿਹੜਾ ਸਭ ਤੋਂ ਉੱਪਰਲਾ ਲੇਅਰ ਹੁੰਦਾ ਆਪਣੀ ਚਮੜੀ ਦਾ ਨਜ਼ਰ ਆਉਂਦਾ, ਓਬਵੀਅਸਲੀ ਇਹ ਵਾਟਰਪਰੂਫ ਹੈ ਔਰ ਇਹ ਤੋਂ ਪਾਣੀ ਅੰਦਰ ਨਹੀਂ ਜਾਂਦਾ। ਪਰ ਜਿਹੜਾ ਫਿਰ ਆ ਜਾਂਦਾ ਆ ਆਪਣਾ ਟਫ ਕਨੈਕਟਿਵ ਟਿਸ਼ੂ ਸੈਕੰਡ ਲੇਅਰ ਹੈਗਾ, ਜਿੱਥੋਂ ਹੇਅਰ ਫੋਲੀਕਲਸ ਛੁੱਟਦੇ ਨੇ, ਔਰ ਇਹ ਹੇਅਰ ਫੋਲੀਕਲਸ ਜਦੋਂ ਸਾਨੂੰ ਪਸੀਨਾ ਆਉਂਦਾ ਜਾਂ ਬਹੁਤ ਠੰਡੀ ਹੋ ਜਾਂਦੀ ਹੈ, ਬੰਦ ਹੋ ਜਾਂਦੇ, ਪਸੀਨਾ ਆਉਂਦਾ ਖੁੱਲ ਜਾਂਦੇ ਨੇ, ਐਂਡ ਦੈਨ ਕਮਸ ਇਨ ਦ ਡੀਪ ਸਬਕਟੇਸ਼ੀਅਸ ਗਲੈਂਡ ਸਾਡੇ ਟਿਸ਼ੂ ਦਾ ਜਿਹੜਾ ਹਾਈਪੋਡਰਮਿਸ ਆ, ਐਂਡ ਇਟਸ ਮੇਡ ਅਪ ਆਫ ਫੈਟ ਐਂਡ ਕਨੈਕਟਿਵ ਟਿਸ਼ੂ। ਸਾਰੀ ਬਿਮਾਰੀ ਕਨੈਕਟਿਵ ਟਿਸ਼ੂ ਤੋਂ ਸ਼ੁਰੂ ਹੁੰਦੀ ਹੈ, ਸਾਰੀਆਂ ਬਿਮਾਰੀਆਂ MS ME ਈਵਨ ਸਟਾਰਟਸ ਫਰੋਮ ਕਨੈਕਟਿਵ ਟਿਸ਼ੂ ਡੀਜਨਰੇਸ਼ਨ। ਸੋ ਸ਼ੈਡਿੰਗ ਇੰਨੀ ਜ਼ਿਆਦਾ ਹੁੰਦੀ ਹੈ ਸਕਿਨ ਦੀ, ਇਹ ਗੰਦੀ ਨਹੀਂ ਗੱਲ ਹੈ, ਜ਼ਰੂਰੀ ਹੈ। ਵੀ ਸ਼ੈਡ ਅਬਾਊਟ 1,000 ਹੇਅਰ ਐਵਰੀ ਡੇ ਐਂਡ 30 to 40,000 ਸਕਿਨ ਸੈਲਸ ਹਰ ਘੰਟੇ ਡਿੱਗ ਰਹੇ ਨੇ। ਸੋ ਲੈ ਕੇ ਜਾ ਰਹੀ ਹੈ ਤੁਹਾਨੂੰ ਉਸ ਜਰਨੀ 'ਤੇ ਜਿੱਥੇ 1.6 trillion ਸੈਲਸ ਨਵੇਂ ਬਣ ਰਹੇ ਨੇ, ਟ੍ਰਿਲੀਅਨ ਜ਼ਿਲੀਅਨ ਤੋਂ ਬਾਅਦ ਮਿਲੀਅਨ, ਬਿਲੀਅਨ ਬਿਲੀਅਨ ਤੋਂ ਬਾਅਦ ਟ੍ਰਿਲੀਅਨ, ਕਿੰਨੇ ਸਿਫਰ ਲੱਗ ਗਏ, 12, ਇਮੈਜਿਨ ਕਰੋ, ਠੀਕ ਹੈ। ਸੋ 24 hours ਵਿੱਚ ਆਪਾਂ 1 million ਸੈਲਸ ਲੂਜ਼ ਕਰਦੇ ਨੇ, ਐਂਡ ਇੱਕ ਸਾਲ ਦੇ ਵਿੱਚ ਆਪਣਾ ਟੋਟਲ ਬਾਡੀ ਵੇਟ ਜਿਹੜਾ ਸ਼ੈੱਡ ਹੁੰਦਾ ਆ ਸਕਿਨ ਦਾ, ਉਹ ਹੈਗਾ 3.6 kilograms। ਸਕਿਨ ਸਾਡੀ ਡਿੱਗਦੀ ਹੈ, ਨਵੀਂ ਬਣਦੀ ਹੈ, ਸੱਪ ਆਪਣੀ ਸਕਿਨ ਛਿੜ ਦਿੰਦਾ, ਕੋਬਰੇ ਦੀ ਵੀ ਸਕਿਨ ਨਿਕਲ ਜਾਂਦੀ, ਨਵੀਂ ਸਕਿਨ ਬਣਦੀ ਹੈ, ਚਿੜੀਆਂ ਪੰਖੇ ਆਪਣੇ ਪੰਖੇ ਉਹਨਾਂ ਦੇ ਫੈਦਰਸ ਨਿਕਲ ਜਾਂਦੇ ਨੇ, ਨਵੀਂ ਸਕਿਨ ਬਣਦੀ ਹੈ। ਔਰ ਕਿੰਨਾ ਕੰਪਲੈਕਸ ਰੱਬ ਨੇ ਇਹ ਸਾਨੂੰ ਦਿੱਤਾ ਆ ਕੋਡਿੰਗ, ਐਂਡ DNA ਕੋਡਿੰਗ, RNA ਕੋਡਿੰਗ, ਸਕਿਨ ਟਿਸ਼ੂ ਕੋਡਿੰਗ, ਇਹ ਸਾਰੀ ਕੁਦਰਤ ਵੱਲੋਂ ਹੀ ਆਈ ਹੈ। ਦੇਰ ਇਜ਼ ਨੋ ਇਸ਼ੂਜ਼ ਕਿ ਆਪਾਂ ਚੀਜ਼ਾਂ ਲਈਏ ਟੂ ਲਾਈਟਨ ਆਵਰ ਸੈਲਸ। ਸੋ ਯੂ ਨੋ ਵੇਟ
ਬਹੁਤ ਇਸ਼ੂਜ਼ ਹੋ ਜਾਂਦੇ ਨੇ, ਬੰਨਾ ਜ਼ਿਆਦਾ ਵੇਟ ਹੋਏਗਾ, ਵੈਰੀਕੋਸ ਵੇਨਸ ਹੋਏਗੇ, ਸਕਿਨ ਉਨੀ ਤੇੜ ਪਏਗੀ, ਉਹਦੇ ਵਿੱਚ ਹੋ ਜਾਂਦੇ ਨੇ ਵੇਰੀਅਸ ਕਾਈਂਡਸ ਆਫ ਅਦਰ ਕੰਡੀਸ਼ਨਸ ਜਿੱਥੇ ਸਕਿਨ ਸਟ੍ਰੈਚ ਹੋ ਜਾਂਦੀ ਆ, ਐਂਡ ਬਟ ਡੈਡ ਸਕਿਨ ਓਬਵੀਅਸਲੀ ਇਜ਼ ਅਨਹੈਲਦੀ, ਸਾਰੀ ਟੇਬਲ 'ਤੇ ਵੀ ਹੋ ਸਕਦੀ ਆ, ਖਿੜਕੀਆਂ 'ਤੇ ਵੀ ਹੋ ਸਕਦੀ ਆ, ਐਂਡ ਐਗਜ਼ੀਮਾ ਸੋਰਾਇਸਿਸ ਡਰਮਾਟਾਈਟਿਸ ਅ ਕੰਡੀਸ਼ਨ ਵੈਰੀ ਕਲੋਜ਼ ਟੂ ਮਾਈ ਹਾਰਟ, ਟਰੀਟ ਕਰ ਰਹੀ ਹਾਂ ਮੈਂ ਨਿਊ ਬੋਰਨ ਬੱਚਿਆਂ ਨੂੰ ਟੂ ਅਪ ਟੂ ਵੇਨ 60-70 ਸਾਲ ਦੇ ਬੰਦਿਆਂ ਨੂੰ ਜਿਹਨਾਂ ਨੂੰ ਐਗਜ਼ੀਮਾ ਹੋ ਸਕਦਾ, ਬੱਚਿਆਂ ਨੂੰ ਡਰਮਾਟਾਈਟਿਸ ਕੰਡੀਸ਼ਨ ਹੋ ਸਕਦੀ ਆ, ਸਕਲਪ ਡਰਮਾਟਾਈਟਿਸ ਹੋ ਸਕਦੀ ਆ, ਜਿਹਨੂੰ ਕ੍ਰੇਡਲ ਕੈਪ ਵੀ ਕਹਿੰਦੇ ਹਾਂ ਆਪਾਂ, ਇਹਦੇ ਵਿੱਚ ਕਾਫੀਆਂ ਨੂੰ ਕਈ ਵਾਰੀ ਪਾਣੀ ਵੀ ਨਿਕਲਦਾ, ਊਜ਼ ਆਊਟ ਹੁੰਦਾ ਆ, ਬਟ ਬਿਗੈਸਟ ਪ੍ਰੋਬਲਮ ਇਜ਼ ਡਰਾਈਨੈਸ, ਇਚੀਨੈਸ, ਇੰਨੀ ਖੁਰਕ ਹੁੰਦੀ ਹੈ ਬੱਚਿਆਂ ਨੂੰ ਵੀ ਖੁਰਕ ਕਰ ਕਰਕੇ, ਬਿਕੋਜ਼ ਬੱਚੇ ਦੇ ਤਾਂ ਨੌ ਹਰ 24 ਘੰਟਿਆਂ ਬਾਅਦ ਕੁਆਟਰ ਸੂਤ ਤੋਂ ਘੱਟ ਹੋਵੇ ਫਰੈਸ਼ ਹੋਏ ਹੁੰਦੇ ਨੇ, ਜਿਹੜਾ ਬੱਚਾ ਜੰਮਦੇ ਨੂੰ ਬੇਬੀ ਇਸ਼ੂ ਸ਼ੁਰੂ ਹੋ ਜਾਂਦੇ ਨੇ ਸਕਿਨ ਦੇ, ਉਹ ਪਰੇਸ਼ਾਨ ਬੜਾ ਹੋਏਗਾ, ਸੋਏਗਾ ਨਹੀਂ, ਐਂਡ ਹੀ ਵਿਲ ਸਕਰੈਚ, ਸਕਰੈਚ ਕੇ ਸਕਿਨ ਊਜ਼ ਆਊਟ ਹੋ ਜਾਵੇ, ਫਿਰ ਉਹਨਾਂ ਨੂੰ ਆਰਾਮ ਲੱਗਦਾ, ਪਰ ਇਹ ਜਿਹੜੀ ਭਾਫ ਥੱਲਿਓ ਫਰੋਮ ਦ ਕਨੈਕਟਿਵ ਟਿਸ਼ੂ ਆ ਰਹੀ ਹੈ, ਕਿਉਂ ਭਲਾ? ਬਿਕੋਜ਼ ਥਰਮੋਜੈਨਿਕ ਹੀਟ ਤੁਹਾਡੀ ਬੋਡੀ ਦੀ ਖਰਾਬ ਹੋ ਗਈ, ਇਮੈਜਿਨ ਕਰੋ ਤੁਹਾਡੀ ਫਰਿੱਜ ਖਾਣਾ ਠੰਡਾ ਕਰਨੋਂ ਹਟ ਜਾਵੇ, ਤੁਸੀਂ ਤੁਹਾਡਾ ਸਿਰ ਮਾਰੋਗੇ ਕੰਨ ਨਾਲ ਕਿ ਸਾਰਾ ਖਾਣਾ ਖਰਾਬ ਹੋ ਗਿਆ, ਡੀਫਰੋਸਟ ਖਤਮ ਹੋ ਗਿਆ, ਸਾਰਾ ਖਾਣਾ ਪਿਘਲ ਗਿਆ, ਬੋਡੀ ਦੇ ਵਿੱਚ ਵੀ ਇੰਨਾ ਜਾਸਤੀ ਹੈਗਾ ਆ ਥਰਮੋਜੈਨਿਕ ਕੰਟਰੋਲ ਹੀਟ ਐਂਡ ਕੋਲਡ, ਜਿਸ ਤਰ੍ਹਾਂ ਘਰ ਦੇ ਰੇਡੀਏਟਰਸ ਔਨ ਕਰ ਦਿਓ, ਬੰਦਾ ਕਹੇਗਾ ਹਾਏ ਬਹੁਤ ਗਰਮੀ ਹੋ ਗਈ, ਹੁਣ ਸਮਰ ਸੀਜ਼ਨ ਹੈ, ਸਾਰੇ ਕਹਿੰਦੇ ਗਰਮੀ ਬਹੁਤ ਹੋ ਗਈ, ਕੱਪੜੇ ਜ਼ਿਆਦਾ ਨਹੀਂ ਪਾਉਣੇ ਪੈਂਦੇ, ਕੋਟ ਨਹੀਂ ਪਾਉਣਾ ਪੈਂਦਾ, ਮਫਲਰ ਨਹੀਂ ਰੱਖਣਾ ਪੈਂਦਾ, ਸਕਾਫ ਨਹੀਂ ਪਾਉਣਾ ਪੈਂਦਾ, ਐਂਡ ਉਹ ਸਾਡੀ ਬੋਡੀ ਸਾਨੂੰ ਪ੍ਰੋਟੈਕਟ ਕਰਦੀ ਹੈ, ਬਿਕੋਜ਼ ਸਕਿਨ ਪੋਰਸ ਖੁੱਲ੍ਹ ਕੇ ਸਵੈਟ, ਸਭ ਤੋਂ ਜ਼ਿਆਦਾ ਬਿਮਾਰੀ ਯੂਕੇ ਦੇ ਵਿੱਚ ਬੀਂਗ ਅ ਡੈਂਪ ਕੰਟਰੀ, ਇਸ ਕੰਟਰੀ ਦੇ ਵਿੱਚ ਪਸੀਨਾ ਨਹੀਂ ਆਉਂਦਾ ਵਧੀਆ, ਇੰਡੀਆ ਦੇ ਵਿੱਚ ਜਾਓ ਤੇ ਪਸੀਨਾ ਖੁੱਲ੍ਹ ਕੇ ਆਉਂਦਾ, ਬੜੇ ਗੰਦੇ ਸਾਲਟਸ ਜਿਹੜੇ ਬੋਡੀ ਨੂੰ ਨਹੀਂ ਚਾਹੀਦੇ ਉਹ ਨਿਕਲਦੇ ਨੇ, ਰੀਜ਼ਨਸ ਓਬਵੀਅਸਲੀ ਸਕਿਨ ਬੀਂਗ ਸੋ ਕੰਪਲੈਕਸ, ਜਿਹਦੇ ਵਿੱਚ ਸਰਕੂਲੇਸ਼ਨ ਦਾ ਪ੍ਰੋਬਲਮ ਹੋ ਜਾਂਦਾ, ਕਈ ਵਾਰੀ ਮਟਰਨਲ ਹਾਰਮੋਨਸ ਖਰਾਬ ਹੁੰਦੇ ਨੇ ਤਾਂ ਹੋ ਸਕਦਾ, ਕਈਆਂ ਨੂੰ ਸੋਰਾਇਸਿਸ ਐਗਜ਼ੀਮਾ ਵੀ ਹੁੰਦਾ, ਕਈਆਂ ਨੂੰ ਵਿਰਿਕੋਸ ਐਗਜ਼ੀਮਾ ਵੀ ਹੁੰਦਾ, ਸੋ ਮੈਨੀ ਇਸ਼ੂਜ਼ ਇਹ ਹੋ ਰਹੇ ਨੇ ਦੈਟ ਕੈਨ ਕ੍ਰੀਏਟ ਸੀਬਮ, ਜਿਹੜਾ ਇੱਕ ਲਿਕੁਇਡ ਫਲੂਇਡ ਨਿਕਲਦਾ ਆ ਉਹਦੇ ਨਾਲ ਸਟਿੱਕੀ ਹੋ ਜਾਂਦੀ ਹੈ ਸਕਿਨ, ਬੁਰ ਕੱਪੜੇ ਦੀ ਲੱਗਦੀ ਹੈ, ਬੱਚਾ ਜ਼ਿੱਦੀ ਹੋਏਗਾ, ਕ੍ਰੋਧੀ ਹੋਏਗਾ, ਸੋਏਗਾ ਨਹੀਂ, ਖਾ ਨਹੀਂ ਸਕੇਗਾ, ਓਬਵੀਅਸਲੀ ਆਈ ਲੁੱਕ ਐਟ ਟੰਗ ਫੰਗਸ, ਆਈ ਲੁੱਕ ਐਟ ਬੈਕਟੀਰੀਆ, ਆਈ ਲੁੱਕ ਐਟ ਗੱਟ ਕੋਲਨ ਇਸ਼ੂਜ, ਆਈ ਲੁੱਕ ਐਟ ਕੋਨਸਟੀਪੇਸ਼ਨ, ਇਹ ਸਾਰੇ ਇਸ਼ੂਜ ਬੜੇ ਕੰਪਲੈਕਸ ਹੁੰਦੇ ਆ, ਹੈਵਿੰਗ ਹੈਡ ਯੂ ਨੋ ਟੂ ਡਾਕਟਰੇਟਸ 9 degrees, ਵਰਕਿੰਗ ਵਿਦ ਆਯੁਰਵੈਦਾ, ਹੋਮਿਓਪੈਥੀ, ਨੈਚੁਰੋਪੈਥੀ, ਨੈਸ ਬੋਡੀ ਸਕੈਨਿੰਗ ਜਿਹਦੇ ਨਾਲ ਆਪਾਂ ਡਰੋਪਸ ਦਿੰਦੇ ਹਾਂ, ਔਰ ਸਾਰੀ ਆਯੁਰਵੈਦਾ ਦਵਾਈ ਸਾਡੀ ਬਹੁਤ ਸਾਫ਼ ਸੁਥਰੀ ਜਗ੍ਹਾ ਤੋਂ ਆਉਂਦੀ ਹੈ ਜਿਹੜੀ ਅਸੀਂ ਖੁਦ ਬਣਾਉਂਦੇ ਨੇ, ਜਿਹਦੇ ਵਿੱਚ ਮਰਕਿਊਰੀ ਨਹੀਂ ਹੋਣਾ ਚਾਹੀਦਾ, ਲੈਡ ਨਹੀਂ ਹੋਣਾ ਚਾਹੀਦਾ, ਐਸਬੈਸਟਸ ਨਹੀਂ ਹੋਣਾ ਚਾਹੀਦਾ, ਐਂਡ ਨੋ ਕੈਡੀਅਮ ਪੋਇਜ਼ਨਿੰਗ, ਦੈਟ ਇਜ਼ ਅ ਸੀਰੀਅਸ ਇਸ਼ੂਜ਼, ਪਰ ਕਾਫੀ ਐਲਰਜੀਜ਼ ਜਿਹੜੀਆਂ ਹੁੰਦੀਆਂ ਨੇ ਬੱਚਿਆਂ ਨੂੰ, ਕੁਡ ਬੀ ਫਰੋਮ ਕੰਟੈਕਟ ਡਰਮਾਟਾਈਟਿਸ, ਕਿ ਤੁਸੀਂ ਕੋਈ ਚੀਜ਼ ਨੂੰ ਹੱਥ ਲਗਾਉਣੇ ਆ, ਯੂ ਕੈਨ ਹੈਵ ਡਰਮਾਟਾਈਟਿਸ, ਸਕਿਨ ਕੈਨ ਗੋ ਵੈਰੀ ਪਿੰਕ ਔਰ ਵੈਰੀ ਰੈੱਡ, ਇਹਦੇ ਨਾਲ ਸਿੰਥੈਟਿਕ ਚੀਜ਼ਾਂ ਹੋ ਜਾਂਦੀਆਂ, ਡਿਟਰਜੈਂਟਸ, ਸੋਪਸ, ਸ਼ੈਂਪੂਸ, ਬੋਡੀ ਸੋਪਸ, ਬੋਡੀ ਕੰਡੀਸ਼ਨਰਸ, hair shampoos can be allergies because they do have nasty parabens, PARBANS, a bahut nasty hai, but newborn babies nu obviously cradle cap the issue hai nahi ki bachcha maa de tid de vich shampoo ho reya si, because there is an issue with the child not having had the good nutrition from the mother. Why is it sankto that in this third generation 2.5 Asian bachche nikke nikke jawak are born with this condition? ਕਾਲਰ ਇਸ ਵੇਲੇ ਔਨ ਹੋਲਡ ਹੈ, ਲੈਟ ਸੀ ਕਿਹੜਾ ਸਬਜੈਕਟ ਡਿਸਕਸ ਕਰਨਾ ਚਾਹੁੰਦੇ ਨੇ। ਹੈਲੋ ਕਾਲਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਮਾਈ ਪ੍ਰੋਗਰਾਮ ਵਿਚ ਇਜ਼ ਲਿੰਕਿੰਗ ਅਪ ਵਿਦ ਸੋਰਾਇਸਿਸ ਐਗਜ਼ੀਮਾ, ਵਟ ਵੁੱਡ ਯੂ ਲਾਈਕ ਟੂ ਸੇ ਟੂਡੇ? ਹੈਲੋ ਡਾਕਟਰ, ਆਈਵ ਬੀਨ ਸਫਰਿੰਗ ਫਰਮ ਐਗਜ਼ੀਮਾ ਸਿੰਸ ਆਈ ਵਾਸ ਅ ਚਾਈਲਡ। ਹਾਂਜੀ, ਯਾ, ਲਿਟਰਲੀ ਬੋਰਨ, ਵੈਨ ਯੂ ਵਰ ਬੋਰਨ ਯੂ ਹੈਡ ਐਗਜ਼ੀਮਾ? ਨੋ, ਵੈਨ ਆਈ ਵਾਸ ਅਬਾਊਟ 5 ਔਰ 6। ਠੀਕ ਆ, ਯਾ, ਰੀਲੀ ਬੈਡ। I've tried everything. I've tried Chinese, I've been to India, I've tried UV rays, the doctor recommended UV rays, didn't work. What happened with UV rays? Skin hor bhi sad gayi? Skin hor sad gayi si, haan ji, sahi gal hai. Terrible. Yeah, terrible. It just went really dark.
हाँ जी बी राइज वाज देयर अ फैमिली हिस्ट्री ऑफ एक्जिमा थर्डी पेरेंट्स विद सिस्टर्स विद ब्रदर्स विद नानी दादी नो नोबडी एट ऑल सो दिस वाज द फर्स्ट एवर फॉर योर पेरेंट्स टू फर्स्ट एवर आई डोंट अंडरस्टैंड आई मीन व्हाट दे एट आई एट एंड आई वाज द वन दैट सफर्ड जी ईटिंग व्हाट दे एट श्योर श्योर या हां जी एंड And you use steroid crema? Steroid cream, that's all I used. Nothing gave you long-term solution to your condition? No, nothing at all. Okay. Yeah. I tried medicine from India. It seemed to work in India, but when I got back here, the same medicine didn't seem to work here what at all. What a great point you've said, Kaloji, because medicine in India works in India because othe parsina da lymphatic fluid yeah. nikalda aur circulation shuru ho jandi, skin saaf ho jandi. Very valid point tusi kiya. Yeah. And ohi dawai tusi UK border ch leke aao to the shores of British, char dina baad, sara yeah. flare up ho janda wapas. Yeah, the medicine didn't seem to work at yeah. all. Within four or five days, you're right. Ji. It just lost its impact. Ji. Yeah. I've tried your medicine and touch wood I've had good results yeah and getting there yeah. slowly your condition as far as I can remember was not only eczema it was eczema linked with psoriasis which made you give up work yeah. so are we saying that you've had it for 36 years yeah from your case history obviously for database we don't like to disclose our patients names the fact that they are coming on air it's very brave of them ke sanu roshni pa rahe ke my treatment worked and skin being very complex so you had eczema you had psoriasis there was burnt tissue there was obviously toxicity liver toxins yeah. then something that the hospitals never noticed my which I started in the third month was varicose eczema they never knew you had that they never diagnosed you with that tusi kam vi thoda chut gaya siga ke were you still working actively I eventually it got really bad on my feet I had to give up work I had to stop working because I could no longer get my shoes on my god because yeah. it had become sticky and dry yeah. and jenu apa kende oozing weeping yeah, eczema yeah. for which was fungal and bacterial we treated you for as well yeah. getting rid of the fungus and bacteria so over the time your quality jeda I can never forget when you first came to me you had not slept for how many nights your wife was so emotional yeah kinne raata ho gaye si you had not slept for months and for you months. Was yeah. you were sitting on the settee with prickling heat yeah and suiyan vajdiyan si current hai na yeah that's sure. really sad yeah. and then having taken that within a few weeks and days we got a feedback from you I called you back in 2 weeks I called you back 3 weeks I called you a month later yeah. we are seeing you later and later your quality of life is improved a lot yeah I was basically housebound I couldn't leave the house oh my god yeah and kam chut gaya yeah chadna pya because physically you couldn't wear shoes no I couldn't wear shoes and are you happy with the treatment I'm happy so far yeah yeah obviously we gave you food life changes lifestyle changes connecting and going out where you couldn't even wear a slipper no. even kanchi wali jutti tusi nahi pa sakde sige no. rubber jutti and I'll never forget but I must thank you one of trying bringing your case history on Akal channel I'm so grateful because je tusi roshni nahi paoge main to bol ke chal jangi loki kahenge ki ha bhai ye bol rahi hai pata nahi kidan di treatment hai you are a true case history with Akal channel speaking from the studio giving us this information that you have improved with a very very difficult condition and the amazing change in your skin has tone has changed yeah your skin has lightened That's right, yeah. A skin color that you hadn't seen for how many years? Oh, maybe 30 years. Wow. Yeah. So skin lightening shuru hogi on a healthier plant way, but then your quality of life is improved and my mission was to get you to work because back to work obviously is country de vich 40 50 years to baad bande di value kat jandi aa but you gave me such a big challenge I must thank you and I think you should stay with the same protocol of good foods I don't think I've starved you I think khane ta acche ditte na apa no you have yeah and you changed your shopping habits cooking habits yeah. is your wife and the mother happy your mother was very oh, upset oh yeah because when somebody is ill in the family you know it affects the whole family sure your yeah. condition was screaming for help yeah. I can never forget your wife's facial expressions yeah. of absolute anxiety and pareshani ek nak te finsi hove collar apnu pareshan kar diya we'll keep picking on it That's but right. this was a whole body flare up yeah. and extreme color tone change which was
critically, your lymphatic fluid, the venous flow had stopped. Yeah. Varicose veins were aggressive, and the hospitals didn't even know what you had. No, they didn't. And just burnt your skin tissue so bad that I had to do a big, like a vacuum cleaning inside you. that's I'm so glad, and I hope to see aise tarah apni health par dhyan karunge. Zindagi da masla acha hove te badi khushi hundi, thodi ronak change hogi, you're not depressed. No. How is your sleep now? Oh, sleep's a lot better as well. My God. No more itching and at night. Before, you were getting hot sweats. Yeah, hot sweats. Which was a very different condition as well. I mean, the case was so complex. I knew in what stages I had to treat you. But I must thank you. That's right. And main ardaas kiti when I saw you and I said, Rabba eda vishwas na tutte. Give me every strength in my brain power to make him the best remedies. And I think we have mastered that over the months. I must thank you. No, thank you as well, doctor. Thank you very much. Thank you, and respect to your mother, my love to your wife. Okay. You have a great family. Have a healthy life. Get back to work and, bring your children up with good food, since you already know. God bless you. Okay. Thank you so much for coming on air. No problem. Sat Sri Akal. Thank you. So this was Sangto and Daksho. A very cuttern case history of eczema, psoriasis, varicose veins, huge amount of issues with liver, fungus, bacteria, thrush. It was a multitude of everything. It was a plate that was full. The body was full of toxins. I really had to do a good sweep out, a good suction of everything from the body, refresh the body, put the good products, hydrate the body. It was such a journey. But I must thank Allah for coming to Akal channel, giving his life case, but a bit camera shy. We have to respect that. We do not disclose names if people don't want. But my views and my accreditations RNA from patients are true and genuine. So I do thank them. Obviously, then comes in, when atopic ek contact ho janda, jada perfumes ho gay, sprays ho gay, fir atopic eczema ho janda, which is, on the surface, that the patient would feel itchy, they'll have scabs, regrowth of skin, blistering of skin from the sebum fluid, and also a lot of dry, scaly skin. Kai vari patients on the clinic which Daksho, that after they leave, we have to vacuum the whole place, jitho utke jande ya, sati to, to the consultation chair, from the consultation floor, we have to sweep with a hoover to pick up the dead skin before the next patient. Sometimes we have to stop the clinic for about 3 minutes to give a good clean up, because people will think ke pata nahi clinic ganda na, but it's dead skin. And do remember jada main tuhanu zikr kita ke eczema psoriasis patients, the skin 10 guna jyada layers bandne to a normal person. That is the speed at which their body is now programmed to make to thicken. Thick ho ke fir scabbing ho jandi te mote mote upro skin scabs ho jande ne. And then jado itching hundi jida caller keh rahe si sari sari raat kinne mahine ho gaye si, had not slept. And hot flushes because the liver was so stressed. The liver was under great intoxication from poisons of India, from dwaiya, from chemicals, from mercury, from cadmium poisoning. It was such a story, but amazing that he's now smiling, and every time he comes he's more and more confident, and that is the real problem. Obviously then comes in cradle cap, jede jamde bacche nu sirki ji ho jandi hai siran te, and peeli hundi hai, bachcha croond vadega, scratch karega, zid karega, because sir chakha jandi, garmi aandi, parsino parsina, especially when they are breastfeeding. Now do remember, breastfed babies have better chances of recovery from eczema than bottle fed. Bottled milk has got so many different fats inside, and a lot of them even have non-vegetarian stuff that affect the liver.
ਸੋ ਜੋ ਰੱਬ ਨੇ ਕੁਦਰਤ ਨੂੰ ਇੱਕ ਮਾਂ ਨੂੰ ਇੱਕ ਦਿੱਤਾ ਹੋਇਆ ਹੈ ਬਖਸ਼ਿਸ਼ ਬੱਚਾ ਪੈਦਾ ਕਰਨ ਲਈ, ਪਰ ਉਸ ਮਾਂ ਨੂੰ ਇਹ ਵੀ ਬਖਸ਼ਿਸ਼ ਦਿੱਤੀ ਹੈ ਦੁੱਧ ਪਲਾਂਟ ਦੇ। ਯੂਨੀਵਰਸਲੀ ਮੈਮਲਸ ਅਕ੍ਰੋਸ ਦ ਵਰਲਡ, ਡੋਲਫਿਨਸ ਦੇਖ ਲਓ, ਵੇਲਸ ਦੇਖ ਲਓ, ਹਾਥੀ ਦੇਖ ਲਓ, ਜਿਰਾਫ ਦੇਖ ਲਓ, ਦੇ ਆਲ ਮਿਲਕ ਫੀਡ ਫਰੋਮ ਦ ਮਦਰ। ਇਟ ਇਜ਼ ਅ ਸਟੋਰੀ ਆਫ ਨੇਚਰ, ਜਿਹਦੇ ਵਿੱਚ ਕਹਿਣ ਦੇ ਵਿੱਚ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਹੈ। ਦੈਟ ਦੈਟ ਇਜ਼ ਹਾਊ ਗੋਡ ਹੈਜ਼ ਮੇਡ ਮਦਰ, ਐਂਡ ਮਦਰ ਨੇਚਰ ਜਿਹੜਾ ਉਹ ਪ੍ਰੋਵਾਈਡ ਕਰਦੀ ਹੈ ਮਿਲਕ, ਦ ਫਸਟ ਮਿਲਕ ਆਫ ਦ ਫੋਰ ਦ ਬੇਬੀ ਇਜ਼ ਦ ਬੈਸਟ। ਬਟ ਅ ਲੋਟ ਆਫ ਯੰਗ ਮਦਰਸ ਕੈਨ ਨਾਟ ਪ੍ਰੋਡਿਊਸ ਮਿਲਕ ਅੱਜ ਕੱਲ੍ਹ, ਬਟ ਅ ਲੋਟ ਆਫ ਯੰਗ ਮਦਰਸ ਆਰ ਅਨਹੈਲਦੀ। ਸੈਕਿੰਡ ਹਾਫ ਆਫ ਸ਼ੋ ਤੋਂ ਦੱਸਦੇ ਜਾਵਾਂਗੀ ਕਿਹੜੇ ਅਨਹੈਲਦੀ ਇਸ਼ੂਜ਼ ਹੈ, ਕਿਹੜੇ ਫੂਡਸ, ਪਰ ਬਿਕੋਜ਼ ਐਗਜ਼ੀਮੈਂਸ ਰਾਈਸਿਸ ਇਜ਼ ਸੋ ਕਲੀਨਿਕਲੀ ਇੰਡੀਵਿਜੁਅਲਾਈਜ਼ਡ, the symptoms, ਹਰੇਕ ਦੇ symptoms individual ਹੋਏ ਗਏ, there is nothing universally in foods I can give, and the, my creams and topical applications, internal cleansers, skin cleansers are amazing. So, second half ਦੇ ਵਿੱਚ ਅਸੀਂ ਇਹ ਕਰਾਂਗੇ, ਜੁੜੇ ਰਹੋ, and I'll take you to another journey of an amazing skin condition and why India has got serious skin cancers coming. Stay tuned. ਸੋ ਗੱਲ ਕਰ ਰਹੇ ਸੀ ਕ੍ਰੇਡਲ ਕੈਪ ਬਿਫੋਰ ਦ ਹਾਫ ਟਾਈਮ, ਕਿ ਕ੍ਰੇਡਲ ਕੈਪ ਦੇ ਨਾਲ ਸਿਰਕੀ ਹੁੰਦੀ ਹੈ, ਖੂਨ ਵੀ ਕੱਢੇਗਾ ਬੱਚਾ ਬਹੁਤ ਫਾਸਟ, ਲੇਅਰਸ ਐਂਡ ਲੇਅਰਸ ਆਫ ਸਕਿਨ ਬਣਦੀ ਹੈ, ਐਂਡ ਇਟਸ ਅ ਕੰਡੀਸ਼ਨ ਦੈਟ ਇਜ਼ ਅ ਡਿਫਰੈਂਟ ਕਾਇੰਡ ਆਫ ਕੰਡੀਸ਼ਨ। ਕਈ ਵਾਰੀ ਬੱਚੇ ਨੂੰ ਐਗਜ਼ੀਮਾ ਸਰਾਈਸਿਸ ਨਹੀਂ ਹੋਏਗਾ, ਜਸਟ ਕ੍ਰੇਡਲ ਕੈਪ ਹੋਏਗਾ ਕਿ ਪੁਰਾਣੀ ਸਕਿਨ ਸ਼ੈੱਡ ਹੋ ਰਹੀ, ਨਵੀਂ ਆ ਰਹੀ ਹੈ, ਦੈਟਸ ਅ ਡਿਫਰੈਂਟ। ਬਟ ਆਈ ਗਿਵ ਅਮੇਜ਼ਿੰਗ ਸ਼ੈਂਪੂਸ ਵਿਚ ਆਰ ਨੋਨ ਟੋਕਸਿਕ, ਅਮੇਜ਼ਿੰਗ ਕੰਡੀਸ਼ਨਰਸ, ਬਾਡੀ ਵਾਸ਼ਿਸ, ਇਸ ਤਰ੍ਹਾਂ ਦੀਆਂ ਚੀਜ਼ਾਂ ਦੇਈਦੀਆਂ ਨੇ ਵਿਦ ਕਰੀਮਸ ਐਂਡ ਪੋਸ਼ਨਸ, ਜਿਹੜੇ ਖੁਦ ਕਾਲਰਸ ਆਣ ਕੇ ਤੁਹਾਨੂੰ ਦੱਸੇਗੇ ਹਾਓ ਨਿਊਬੋਰਨ ਬੇਬੀਜ਼ ਐਕਚੁਅਲੀ ਰਿਕਵਰਡ ਫਰੋਮ ਦਿਸ ਕੰਡੀਸ਼ਨਸ। ਓਬਵੀਅਸਲੀ ਰਿਲੇਟਡ ਟੂ ਮਟਰਨਲ ਹਾਰਮੋਨ ਕੰਡੀਸ਼ਨਸ ਵੀ, ਮਦਰ ਦਾ ਲਿਵਰ, ਮਦਰ ਦੀ ਖੁਰਾਕ ਸਹੀ ਨਹੀਂ ਹੋਏਗੀ, ਮਦਰ ਦਾ ਡਾਇਟ ਕਮਜ਼ੋਰ ਹੋਏਗਾ, ਮਦਰ ਨਿਊਟ੍ਰੀਸ਼ਨਲੀ ਐਂਡ ਮਿਨਰਲਸ ਉਹਦੇ ਘੱਟ ਹੋਏਗੇ, ਵਿਟਾਮਿਨਸ ਘੱਟ ਹੋਏਗੇ। ਬਿਫੋਰ 6 months, ਬਿਫੋਰ ਹੈਵਿੰਗ ਅ ਚਾਈਲਡ, ਬਿਫੋਰ ਪ੍ਰੈਗਨੈਂਸੀ, ਬਿਫੋਰ ਕੰਸੈਪਸ਼ਨ, ਬਿਫੋਰ ਜੈਸਟੇਸ਼ਨ ਪੀਰੀਅਡ, ਮਾਂ ਦੀ ਖੁਰਾਕ ਇੰਨੀ ਵਧੀਆ ਹੋਣੀ ਚਾਹੀਦੀ ਆ, ਇਹ ਵਨ ਖੁਰਾਕ, ਨੋਟ ਯੂ ਨੋ ਸਮੋਸੇ ਪਕੌੜੇ, ਯੈਸ ਵਨਸ ਅ ਮੰਥ ਯੂ ਕੈਨ ਸਪੋਇਲ ਯੋਰ ਸੈਲਫ, ਵੈਜੀਟੇਰੀਅਨ ਔਰ ਨੋਨ ਵੈਜੀਟੇਰੀਅਨ ਦੇ ਵਿੱਚ ਇਸ਼ੂਜ਼ ਨਹੀਂ ਹੁੰਦੇ। ਐਂਡ ਦੈਨ ਓਬਵੀਅਸਲੀ ਕਬਜ਼ ਰਿਫਲੈਕਟਸ ਅ ਲੋਟ, ਕਿ ਜੇ ਮਦਰ ਨੂੰ ਵੀ ਕਬਜ਼ ਹੋਏਗੀ ਜਾਂ ਮਦਰ ਨੂੰ ਫੰਗਸ ਹੋਏਗੀ, ਸ਼ੀ ਕੈਨ ਟ੍ਰਾਂਸਫਰ ਦੈਟ ਟੂ ਦ ਚਾਈਲਡ, ਮਦਰ ਨੂੰ ਥਰੈਸ਼ ਹੋਏਗੀ ਟੰਗ ਤੇ ਵਗੈਰਾ, ਸ਼ੀ ਕੈਨ ਟ੍ਰਾਂਸਫਰ ਦੈਟ ਟੂ ਦ ਚਾਈਲਡ। ਯਾਦ ਰੱਖਣਾ ਕਿ 26th of July ਸੰਡੇ ਮੈਂ ਤੁਹਾਨੂੰ ਮਿਲ ਸਕਦੀ ਹਾਂ, ਮੇਲਾ ਜਿਹੜਾ ਖਾਲਸਾ ਪ੍ਰਾਇਮਰੀ ਸਕੂਲ ਹੋ ਰਿਹਾ, ਔਰ ਚੜ੍ਹਦੀ ਕਲਾ ਨਾਲ ਅਕਾਲ ਚੈਨਲ ਵੀ ਆ ਰਹੇ ਨੇ ਉੱਥੇ ਟੂ ਰਿਲੇ ਦਿਸ ਪ੍ਰੋਗਰਾਮ, ਐਂਡ ਆਈ ਵਿਲ ਬੀ ਦੇਅਰ ਵਿਦ ਦ ਪਿੰਨੀਆਂ ਔਨ ਸਪੈਸ਼ਲ ਆਫਰ ਵਿਦ ਸਾਲਟਸ। ਸੋ ਆਓ, ਕਮ ਟੂ ਮਾਈ ਸਟਾਲ ਔਨ ਦ 26th of July ਐਟ ਖਾਲਸਾ ਪ੍ਰਾਇਮਰੀ ਸਕੂਲ ਵੈਕਸਮ ਰੋਡ ਸਲਾਓ, ਜਿੱਥੇ ਅਕਾਲ ਚੈਨਲ ਵਿਲ ਬੀ ਰਿਲੇਇੰਗ ਦਿਸ ਪ੍ਰੋਗਰਾਮ, ਐਂਡ ਦੇ ਹੈਵ ਹਾਰਟਿਡਲੀ ਐਕਸੈਪਟਿਡ ਖਾਲਸਾ ਪ੍ਰਾਇਮਰੀ ਸਕੂਲ ਦਾ ਜਿਹੜਾ ਪ੍ਰੋਜੈਕਟ ਹੈਗਾ ਆ, ਐਂਡ ਆਈ ਵਿਲ ਬੀ ਦੇਅਰ ਹੋਲਡਿੰਗ ਮਾਈ ਸਟਾਲ। ਐਂਡ ਦੈਨ ਓਬਵੀਅਸਲੀ ਜਦੋਂ ਮਦਰ ਦੇ ਹਾਰਮੋਨਸ ਖਰਾਬ ਹੁੰਦੇ ਨੇ, ਬੱਚੇ ਦੀ ਸਕਿਨ ਕੰਡੀਸ਼ਨ ਡਰਾਈ ਹੋਏਗੀ, ਜੇ ਮਦਰ ਖੁਸ਼ਕ ਹੋਏਗੀ ਜਾਂ ਮਦਰ ਦੇ ਫੇਸ਼ੀਅਲ ਛਾਈਆਂ ਹੋਏਗੀਆਂ, ਓਬਵੀਅਸਲੀ ਦੈਟ ਮੀਨਸ ਦੇ ਇਸ਼ੂਜ਼ ਆਫ ਹਾਰਮੋਨ ਇਮਬੈਲੈਂਸ ਵਿਦ ਅ ਮਦਰ, ਐਂਡ ਦੈਟ ਬਿਕਮਸ ਅ ਸਟੇਟਸ ਆਫ ਪੂਅਰ ਸਰਕੂਲੇਸ਼ਨ ਬਾਡੀ ਦੇ ਵਿੱਚ। ਉਹੀ ਕੁਛ ਬੱਚੇ ਦਾ ਜੋ ਮਦਰ ਦਾ ਪ੍ਰੋਟੋਟਾਈਪ ਹੈਗਾ ਆ, ਉਹੀ ਕੁਛ ਬੱਚੇ ਦਾ ਹੋਏਗਾ, ਐਂਡ ਦੈਟ ਕੈਨ ਮੇਕ ਹਿਊਜ ਇਸ਼ੂਜ਼। ਇੱਕ ਹੋਰ ਕਾਲਰ ਔਨ ਏਅਰ ਹੈਗੇ ਨੇ, ਲੈਟਸ ਵੈਲਕਮ। Hello Kalaji, sat sri akal, namaskar, and welcome to my program, which is a lot to do with eczema, psoriasis, varicose veins, contact dermatitis, starting from chote bacche to siyane. What is your say aaj de topic which tusi ki chanana paana chahnde ho? Hello, sat sri akal ji. ਅਸੀਂ ਐਗਜ਼ਿਮਾ ਦੇ ਪ੍ਰੋਗਰਾਮ ਵਿੱਚ ਸੁਣਿਆ ਸੀ ਤੁਹਾਡਾ, ਤੇ ਸਾਡੇ ਬੱਚੇ ਨੂੰ ਵੀ ਇਹ ਸੀਗਾ ਐਗਜ਼ਿਮਾ ਨਿਊ ਬੋਰਨ ਤੋਂ ਹੀ। ਨਿਊ ਬੋਰਨ ਤੋਂ? ਹਾਂਜੀ ਹਾਂਜੀ ਹਾਂਜੀ, ਪਰ ਸਾਨੂੰ ਪਤਾ ਥੋੜਾ ਲੇਟ ਲੱਗਾ ਕਿਉਂਕਿ ਸਾਡਾ ਪਹਿਲਾ ਬੱਚਾ ਸੀ, ਇਸ ਲਈ ਸਾਨੂੰ ਇਹਨਾਂ ਬਾਰੇ ਬਿਮਾਰੀ ਦਾ ਨੌਲੇਜ ਨਹੀਂ ਸੀ। ਬਿਲਕੁਲ ਸ਼ੌਕ ਸੀਗੇ ਤੁਹਾਡੇ ਲਈ, ਹਨਾ? ਹਾਂਜੀ ਹਾਂਜੀ ਜੀ। ਅਸੀਂ ਫਿਰ ਪਹਿਲਾਂ ਡਾਕਟਰ ਦੇ ਅਪੋਇੰਟਮੈਂਟ ਬਣਾ ਕੇ ਗਏ, ਜਾਂਦੇ ਰਹੇ, ਪਰ ਉਹਨਾਂ ਨੇ ਸਾਨੂੰ ਕਿਹਾ ਕਿ ਇਹ ਹੀਟ ਰੈਸ਼ ਆ ਤੇ ਤੁਸੀਂ ਹੀਟਿੰਗ ਆਪਣੀ ਬੰਦ ਕਰੋ। ਅੱਛਾ, ਹਾਂਜੀ। ਇਹਦਾ ਜਨਮ ਕਿਹੜੇ ਮਹੀਨੇ ਦਾ ਸੀ ਵੀਰਾ? ਇਹਦਾ ਸਿਆਲਾਂ ਦਾ ਸੀ, ਨਵੰਬਰ ਦਾ ਸੀ। ਓਕੇ, ਹੀਟ ਕਿਦਾਂ ਬੰਦ ਕਰੀਏ? ਜੇ ਨਵੰਬਰ ਦਾ ਜਨਮ ਹੈ ਤੇ ਘਰ ਤਾਂ ਠੰਡਾ ਹੋ ਜਾਂਦਾ ਨਾ,
ਠੀਕ ਹੈ ਹਾਂਜੀ ਹਾਂਜੀ ਓਕੇ ਤੇ ਫਿਰ ਅਸੀਂ ਉਹਨਾਂ ਦੀ ਸਲਾਹ ਮੰਨ ਲਈ ਅਸੀਂ ਸਵੇਰੇ ਸ਼ਾਮ ਹੀ ਐਵੇਂ ਘੰਟਾ ਕੁ ਲਾਉਣੀ ਤੇ ਫਿਰ ਆਪ ਠੰਡ 'ਚ ਬੈਠੇ ਰਹਿਣਾ ਕੰਬਲ ਨੂੰ ਲੈ ਲੈਣਾ ਵਾਹਿਗੁਰੂ ਵਾਹਿਗੁਰੂ ਫਿਰ ਥੋੜੇ ਕੁ ਟਾਈਮ ਬਾਅਦ ਅਸੀਂ ਜਿੱਦਾਂ ਉਹ ਖੁਰਕ ਬਹੁਤ ਉਹਦੇ ਆਉਂਦੀ ਸੀ ਤੇ ਫਿਰ ਦੁਬਾਰਾ ਅਸੀਂ ਉਹਨਾਂ ਦੇ ਕੋਲ ਜਾਣਾ ਵੀ ਉਹਨੇ ਅਪੁਆਇੰਟਮੈਂਟ ਬਣਾ ਕੇ ਦੇਣੀ ਉਹਨੇ ਫਿਰ ਸਾਨੂੰ ਛੋਟੀ ਜਿਹੀ ਇੱਕ ਕਰੀਮ ਲਿਖ ਕੇ ਦਿੱਤੀ ਹਾਂਜੀ ਕੋਈ ਸਟਰੋਂਗ ਸੀਗੀ ਕੋਈ ਹਾਈਡ੍ਰੋਕੋਰਟਿਜ਼ਨ ਕਰੀਮ ਹੁੰਦਾ ਵੀਰਾ ਮੋਸਟਲੀ ਠੀਕ ਹੈ ਯਾ ਤੇ ਉਹ ਫਿਰ ਸ਼ੁਰੂ ਕੀਤੀ ਉਹਦੇ ਜਿੱਦਾਂ ਕੋਈ ਧੌਣ ਤੇ ਲਾਈ ਕੰਨਾਂ ਦੇ ਪਿੱਛੇ ਲਾਉਣੀ ਸ਼ੁਰੂ ਕੀਤੀ ਤੇ ਉਹ ਉਹਨੇ ਕੋਈ ਕੰਮ ਨਹੀਂ ਕੀਤਾ ਜਿਹਾ ਹੋਣ ਲੱਗ ਪਿਆ ਸੀ ਉਹਦੀ ਜਿੱਦਾਂ ਸਕਿਨ ਤੇ ਜਿੱਦਾਂ ਕੀ ਹੋਣ ਲੱਗ ਪਿਆ ਸੀ ਮਲਾਈ ਵਾਂਗਰ ਐਂਡ ਯੂ ਨੋ ਆਪਾਂ ਦੇਖਦੇ ਹਾਂ ਕਿ ਬੱਚੇ ਦੀ ਸਕਿਨ ਸਾਫ਼ ਸੁਥਰੀ ਦਾਗ ਨਾ ਹੋਵੇ ਤੇ ਕਿੰਨਾ ਸੋਹਣਾ ਲੱਗਦਾ ਪਰ ਤੁਹਾਡੇ ਵਾਸਤੇ ਕਿੰਨੀ ਮੁਸੀਬਤ ਪੈ ਗਈ ਐਂਡ ਫਸਟ ਬੋਰਨ ਲਈ ਤੁਹਾਡਾ ਹੋਰ ਵੀ ਪਰੇਸ਼ਾਨੀ ਬਿਕੋਜ਼ ਫੈਮਿਲੀ ਵਿੱਚ ਕੋਈ ਦੱਸਣ ਵਾਲਾ ਨਹੀਂ ਸੀਗਾ ਹਨਾ ਹਾਂਜੀ ਹਾਂਜੀ ਸਾਡੇ ਅਸੀਂ ਦੋਨੇ ਸੀ ਮੈਂ ਘਰ ਵਾਲੀ ਕੋਲ ਸਾਡੇ ਕੋਲ ਸਿਆਣਾ ਹੈ ਨੀ ਅਸੀਂ ਰੋਜ਼ ਇੰਡੀਆ ਫੋਨ ਕਰਨਾ ਮੰਮੀ ਨੂੰ ਪੁੱਛਣਾ ਵੀ ਹੁਣ ਅਸੀਂ ਕੀ ਕਰੀਏ ਉਹਨਾਂ ਨੇ ਜਿੱਦਾਂ ਕੁਛ ਆਪਣੇ ਦੇਸੀ ਇਲਾਜ ਦੱਸਣੇ ਪਰ ਅਸੀਂ ਛੋਟੇ ਬੱਚੇ ਹੋਣ ਕਾਰਨ ਕੋਈ ਅਸੀਂ ਜੀ ਫਿਰ ਡਾਕਟਰ ਦੇ ਫਿਰ ਦੂਸਰੇ ਡਾਕਟਰ ਦੇ ਅਪੁਆਇੰਟਮੈਂਟ ਨਾਲ ਬਣਾ ਕੇ ਜਾਣਾ ਉਹਨੇ ਫਿਰ ਸਾਨੂੰ ਇੱਕ ਪੀਣ ਵਾਲੀ ਦੇ ਦਿੱਤੀ ਉਹਨੇ ਕਿਹਾ ਵੀ ਇਹਨੂੰ ਕੋਈ ਐਲਰਜੀ ਹੈ ਪੀਰੀਟੋਨ ਹੁੰਦੀ ਨਾਰਮਲੀ ਹਾਂਜੀ ਹਾਂਜੀ ਉਹਨੇ ਕਿਹਾ ਵੀ ਇਹ ਪੀ ਕੇ ਨੀਂਦ ਬਹੁਤ ਆਊਗੀ ਅਸੀਂ ਚਲੋ ਕਿਹਾ ਚਲੋ ਸੌਂ ਜਾਊਗਾ ਫਿਰ ਕਿਉਂਕਿ ਸਾਨੂੰ ਸੌਣ ਦੀ ਬਹੁਤ ਪ੍ਰੋਬਲਮ ਸੀ ਓ ਮਾਈ ਗਾਡ ਤੇ ਥੋੜੇ ਕੁ ਦਿਨ ਅਸੀਂ ਇਹਨੂੰ ਪਿਲਾਈ ਤੇ ਉਹਨਾਂ ਸੁੱਤਾ ਰਿਹਾ ਲੇਕਿਨ ਸਾਨੂੰ ਆਪਣੇ ਮਨ ਚ ਹੀ ਹੋਇਆ ਵੀ ਇਹ ਤਾਂ ਅਸੀਂ ਨਸ਼ਾ ਆ ਗਲਤ ਨਹੀਂ ਕਰ ਰਿਹਾ ਵਿਚਾਰਾ ਇਹ ਤਾਂ ਸੁੱਤਾ ਰਹਿੰਦਾ ਫਿਰ ਅਸੀਂ ਇੱਕ ਹਫ਼ਤੇ ਬਾਅਦ ਕਰੀਮਾਂ ਦਿੱਤੀਆਂ ਜੀ ਆਉਂਦੀ ਸ਼ੁਰੂ ਸਾਨੂੰ ਅਸੀਂ ਕੀ ਕਰੀਏ ਇਹਨੂੰ ਉਹ ਕਹਿੰਦਾ ਕੋਈ ਗੱਲ ਨੀ ਡਾਕਟਰ ਕਹਿੰਦਾ ਜੀ ਇਹਦੇ ਬਾਰੇ ਤਾਂ ਸਾਰੇ ਬੱਚੇ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ ਵੀ ਕਈ ਬੱਚੇ 5 ਦਿਨ ਕੋਈ 2 ਦਿਨ ਕੋਈ 1 ਦਿਨ ਬਾਅਦ ਓ ਮਾਈ ਗਾਡ ਬ੍ਰੈਸਟਫੀਡ ਬੇਬੀਜ਼ ਤਾਂ ਤਕਰੀਬਨ 5 ਦਿਨ ਲੈਟਰਿੰਗ ਜਾਂਦੇ ਨੇ ਇੱਕ ਵਾਰੀ ਦਿਨ ਚ ਬੋਟਲ ਫੈਟ ਬੇਬੀਜ਼ ਕਬਜ਼ੀ ਹੋ ਜਾਂਦੀਆਂ ਬਿਕਾਜ਼ ਪਾਊਡਰਸ ਪੋਰਸ਼ਨਸ ਹੁੰਦੇ ਨੇ ਉਹ ਹੋ ਸਕਦਾ ਉਹਨਾਂ ਨੂੰ ਕਬਜ਼ ਹੋ ਜਾਵੇ ਤੇ ਉਹ ਇੱਕ ਵਾਰੀ ਦਿਨ ਚ ਜਾਂ 2 ਵਾਰੀ ਜਾਏਗੇ ਪਰ ਜਿਹੜਾ ਬੱਚਾ ਮਾਂ ਦਾ ਦੁੱਧ ਪੀਂਦਾ ਹੋਵੇ ਅਵਸ਼ ਉਹਨੂੰ ਐਟਲੀਸਟ ਐਵਰੀ ਫੀਡ ਤੋਂ ਬਾਅਦ ਮੋਸ਼ਨ ਆਉਂਦਾ ਹੀ ਆ ਵਿਚ ਇਜ਼ ਨੋਰਮਲ ਹਾਂਜੀ ਹਾਂਜੀ ਓਕੇ ਠੀਕ ਫਿਰ ਅਸੀਂ ਤਾਂ ਆਪਣੀ ਇਹਦੇ ਵਾਈਫ ਦਾ ਹੀ ਦੁੱਧ ਪਿਲਾਉਂਦੇ ਸੀਗੇ ਤੇ ਹੋਰ ਅਸੀਂ ਜਿੱਦਾਂ ਇਹ ਮਸਰੂਫ ਜਿੱਦਾਂ ਵੀ ਰਾਤ ਨੂੰ ਮੈਂ ਆਪਣਾ ਕੰਮ ਕਰਨਾ ਤੇ ਸਵੇਰ ਨੂੰ ਆ ਕੇ ਮੈਂ ਸੋਣਾ ਤੇ ਇਹਨੇ ਇੰਨਾ ਖੁਰਪਣਾ ਤੇ ਮੈਨੂੰ ਵੀ ਨੀਂਦ ਨਾ ਆਉਣੀ ਤੇ ਮੈਂ ਕੰਮ ਤੇ ਬਹੁਤ ਪਰੇਸ਼ਾਨ ਹੋਣਾ ਜਾ ਕੇ ਤੇ ਇਹ ਬੱਚਾ ਸਾਡੇ ਨਾਲ ਵੀ ਵਿਚਾਰਾ ਜ਼ਿਆਦਾ ਪਰੇਸ਼ਾਨ ਕਿਉਂਕਿ ਉਹ ਤਾਂ ਰੋ ਕੇ ਦੱਸ ਸਕਦਾ ਹੈ ਸਾਨੂੰ ਤਾਂ ਸਮਝ ਹੀ ਨਹੀਂ ਲੱਗਦੀ ਵੀ ਇਹਨੂੰ ਅਸੀਂ ਹੁਣ ਕਿਸ ਤਰ੍ਹਾਂ ਕਰੀਏ ਤੇ ਅਸੀਂ ਤਾਂ ਸਾਰਾ ਕੁਛ ਕਰਕੇ ਹਾਰ ਕੇ ਥੱਕ ਗਏ ਫਿਰ ਅਸੀਂ ਮੰਮੀ ਨੂੰ ਫੋਨ ਕੀਤਾ ਮੰਮੀ ਕਹਿੰਦੇ ਕਿ ਤੁਸੀਂ ਇੰਡੀਆ ਜਾ ਜਾਓ ਵੀ ਅਸੀਂ ਇੱਥੇ ਇਲਾਜ ਤੇ ਰੱਖ ਲਾ ਦਾਂਗੇ ਤੇ ਅਸੀਂ ਕਿਹਾ ਵੀ ਹੁਣ ਇੱਥੇ ਸਾਡੇ ਕੋਲ ਤਾਂ ਹੱਥ ਖੜੇ ਹੋ ਗਏ ਅਸੀਂ ਤਾਂ ਵਿਵਾਹ ਹੋ ਗਏ ਸਾਡੀ ਬਹੁਤ ਪਰੇਸ਼ਾਨ ਫਿਰ ਇੰਡੀਆ ਵਾਸਤੇ ਵੀਜ਼ਾ ਅਪਲਾਈ ਕਰਨਾ ਸੀ ਇਹਦੇ ਬਾਰੇ ਸੀ ਥੋੜੇ ਦਿਨ ਲੰਘ ਗਏ ਇਸੇ ਤਰ੍ਹਾਂ ਥੋੜੇ ਦਿਨ ਲੰਘਦੇ ਗਏ ਚੱਲਦੇ ਗਏ ਫਿਰ ਸਾਡੀ ਵਾਈਫ ਨੇ ਜਿੱਦਾਂ ਨਾ ਤੁਹਾਡਾ ਪ੍ਰੋਗਰਾਮ ਦੇਖਦੀ ਹੁੰਦੀ ਸੀ ਤੇ ਪਰ ਸਾਨੂੰ ਇਹ ਪਤਾ ਹੁੰਦਾ ਇਹਦੇ ਵਿੱਚ ਕਿ ਜਿੱਦਾਂ ਨਿਊ ਬੋਰਨ ਲਈ ਵੀ ਇਹ ਐਗਜ਼ੀਮਾ ਆ ਵੀ ਤੁਸੀਂ ਇਹ ਕੰਮ ਕਰਦੇ ਇਹਨਾਂ ਵਾਸਤੇ ਜਾਂ ਨਹੀਂ ਕਰਦੇ ਫਿਰ ਅਸੀਂ ਦੂਸਰੇ ਦਿਨ ਫੋਨ ਕੀਤਾ ਜਦੋਂ ਸਵੇਰ ਨੂੰ ਤੇ ਤੁਸੀਂ ਉਸੇ ਟਾਈਮ ਸਾਨੂੰ ਕਹਿਤਾ ਵੀ ਇਹਨੂੰ ਪਹਿਲਾਂ ਫਿਰ ਸਾਰੀਆਂ ਜੋ ਡਾਕਟਰ ਨੇ ਦਵਾਈ ਕਰੀਮ ਦਿੱਤੀ ਸੀ ਉਹ ਤੁਸੀਂ ਕਿਹਾ ਵੀ ਨਾਲ ਲੈ ਕੇ ਆਉਣਾ ਅਸੀਂ ਮੈਂ ਚੈੱਕ ਕਰਾਂਗੇ ਉਹਨੇ ਕੀ ਦਿੱਤਾ ਕੀ ਨਹੀਂ ਤੇ ਫਿਰ ਉਹ ਅਸੀਂ ਲੈ ਕੇ ਗਏ ਤੁਸੀਂ ਦੇਖੀਆਂ ਸਾਰੀਆਂ ਤੁਸੀਂ ਕਿਹਾ ਵੀ ਇਹ ਸਾਰਾ ਕੁਛ ਹੁਣ ਇਹਨੂੰ ਬੰਦ ਕਰਨਾ ਪੈਣਾ ਅਸੀਂ ਆਪਣਾ ਇਲਾਜ ਸ਼ੁਰੂ ਕਰਾਂਗੇ
ਅਸੀਂ ਚਲੋ ਮਨ ਵਿੱਚ ਤਾਂ ਪਹਿਲਾਂ ਹੀ ਬਣਾ ਗਿਆ ਸੀ ਕਿ ਸਾਡਾ ਹੋਰ ਕੋਈ ਰਸਤਾ ਹੈ ਨੀ, ਹੁਣ ਸਿਰਫ ਇਹੀ ਇੱਕ ਰਹਿ ਗਿਆ ਵੀ ਫਿਰ ਹੋਰ ਇਸ ਤੋਂ ਬਾਅਦ ਕੁਛ ਨੀ ਸਾਡੇ ਕੋਲ। ਫਿਰ ਤੁਸੀਂ ਆਪਣੀਆਂ ਸਾਰੀਆਂ ਕਰੀਮਾਂ ਹੁਣ ਦਵਾਈ ਦੇ ਰਹੇ ਹਾਂ ਤੇ ਚੱਲਦੀ ਸੀ, ਤੇ ਇਹਨੂੰ ਪੀਣ ਵਾਲੀ ਦਵਾਈ ਦਿੱਤੀ, ਇਹਨੂੰ ਲੋਸ਼ਨ ਦਿੱਤੇ, ਕਰੀਮਾਂ ਦਿੱਤੀਆਂ ਲਾਉਣ ਨੂੰ, ਇਹਦੀ ਖਾਰਿਸ਼ ਜਿੰਨਾ ਕਿ ਥੋੜੀ ਘਟੇ, ਫਿਰ ਪੀਣ ਵਾਸਤੇ ਇਹਨੂੰ ਦਿੱਤੀ ਦੋ ਤਿੰਨ ਦਵਾਈਆਂ ਰਲਾ ਕੇ ਜਿੱਦਾਂ ਵੀ ਉਹਦੇ ਨਾਲ ਇਹਦੀ ਖਾਰਿਸ਼ ਘਟੀ। ਫਿਰ ਜਿੱਦਾਂ ਸਾਡੀ ਵਾਈਫ ਦੁੱਧ ਇਹਨੂੰ ਪਿਲਾਉਂਦੀ ਸੀ ਬੱਚੇ ਨੂੰ, ਤੇ ਤੁਸੀਂ ਉਹਨੂੰ ਵੀ ਦਵਾਈ ਦਿੱਤੀ ਕਿ ਉਹਦੇ ਦੁੱਧ ਰਾਹੀਂ ਇਹਨੂੰ ਥੋੜਾ ਹੋਰ ਸਹੂਲਤ ਮਿਲੀ ਉਸ ਦਵਾਈ ਚੋਂ ਵੀ, ਬਹੁਤ ਜ਼ਰੂਰੀ ਸੀ। ਹਾਂਜੀ, ਫਿਰ ਅਸੀਂ ਆਪਣੇ ਆਪ ਨੂੰ ਤਾਂ ਮਾੜਾ ਜਿਹਾ ਸਟੇਬਲ ਕੀਤਾ ਕਿ ਚਲੋ ਹੁਣ ਸਾਨੂੰ ਠੀਕ ਲੱਗਦਾ ਵੀ ਸਾਡਾ ਬੱਚਾ ਹੁਣ ਠੀਕ ਹੋਇਆ, ਹੁਣ ਇੰਡੀਆ ਤੋਂ ਤੁਸੀਂ ਬਚ ਗਏ। ਹਾਂਜੀ, ਤੇ ਹੁਣ ਅਸੀਂ ਜਿੱਦਾਂ ਇਸ ਟਾਈਮ ਫੋਨ ਕਰ ਰਹੇ ਹਾਂ ਕਿ ਚਲੋ ਬਹੁਤ ਖੁਸ਼ ਹੈ ਅੰਦਰੋਂ ਮਨ ਕਿ ਸਾਡਾ ਬੱਚਾ ਸਾਡੇ ਕੋਲ ਸਹੀ ਸਲਾਮਤ ਆ, ਹੁਣ ਬਹੁਤ ਖੁਸ਼ ਉਹ ਵੀ ਰਹਿੰਦਾ। ਯਾ ਸੋ ਨਾਈਸ, ਸੌਂਦਾ ਵੀ ਹੈ, ਖਾਂਦਾ ਵੀ ਹੈਗਾ, ਦੁਨੀਆ ਦੇ ਕੋਨੇ ਕੋਨੇ ਤੇ ਚੈਨਲ ਇਸ ਵੇਲੇ ਚਾਨਣਾ ਪਾ ਰਿਹਾ ਔਨ ਮੈਂਟਲ ਫਿਜ਼ੀਕਲ ਸਪਿਰਿਚੁਅਲ ਲੈਵਲ। ਸਪਿਰਿਚੁਅਲ ਓਬਵੀਅਸਲੀ ਬਹੁਤ ਜ਼ਬਰਦਸਤ ਹੈ ਇਹਨਾਂ ਦਾ ਆਊਟਪੁੱਟ, ਮੈਂਟਲੀ ਆਪਾਂ ਮਨ ਨੂੰ ਕਿੱਦਾਂ ਟਿਕਾਣਾ, ਤੁਸੀਂ ਮਨ ਨੂੰ ਟਿਕਾਇਆ ਕਿ ਵਾਹਿਗੁਰੂ ਹੋਰ ਕੋਈ ਚਾਰਾ ਹੀ ਨਹੀਂ ਹੈ। ਪਤਾ ਨਹੀਂ ਵਾਹਿਗੁਰੂ ਨੇ ਵੀਰਾ ਕਿਹੜੇ ਦਿਲ ਦੇ ਨਾਲ ਤੁਹਾਡੀ ਆਵਾਜ਼ ਸੁਣੀ, ਬਿਕੋਜ਼ ਇੱਕ ਰੋਣਾ ਆਉਂਦਾ ਮਾਂ ਬਾਪ ਨੂੰ, ਬੱਚਾ ਸੌਵੇ ਨਾ, ਇੱਕ ਦਿਨ ਬੁਖਾਰ ਚੜੇ, ਤਾਪ ਚੜੇ, ਮਾਂ ਬਾਪ ਤੜਫਦਾ, ਤੁਹਾਡੇ ਤੇ ਜੰਮਦੇ ਬੱਚੇ ਨੂੰ ਸਟੋਰੀ ਹੈ ਸ਼ੁਰੂ ਹੋ ਗਈ ਸੀਗੀ, ਇੱਕ ਨੇ ਚੱਕਣਾ, ਦੂਸਰੇ ਨੇ ਹੱਥ ਵਿੱਚ ਰੱਖਣਾ, ਚਾਰ ਪੰਜ ਜੀ ਹੋਣ ਤੇ ਬੱਚਾ ਸੰਭਾਲ ਹੋ ਜਾਂਦਾ, ਪਰ ਸੁੱਖ ਨਾਲ ਤੁਸੀਂ ਦੋ ਜੀ ਸੀਗੇ ਔਰ 1.25 ਲੱਖ ਤੁਹਾਡਾ ਇੱਕ ਪੁੱਤਰ, ਤੇ ਯੂ ਨੋ ਕਿੰਨੀ ਪਰੇਸ਼ਾਨੀ। ਸੋ ਨਾਈਸ, ਪਰੇਸ਼ਾਨੀ ਜੀ ਅਸੀਂ ਕੋਈ ਦੱਸ ਨਹੀਂ ਸਕਦੇ ਜਿੱਦਾਂ ਵੀ ਕਿੰਨੀ ਸੀ, ਲੇਕਿਨ ਕਿਸੇ ਚੀਜ਼ ਦਾ ਜਿੱਦਾਂ ਸਹਾਰਾ ਹੁਣ ਸਾਨੂੰ ਮਿਲਿਆ, ਫਿਰ ਅਸੀਂ ਇਹ ਹਿੰਮਤ ਕਰਕੇ ਆਏ ਕਿ ਚਲੋ ਸਾਨੂੰ ਇਹ ਚੀਜ਼ ਦੱਸਣੀ ਚਾਹੀਦੀ ਕਿ ਕਿਸੇ ਹੋਰ ਭੈਣ ਭਰਾ ਕੋਈ ਇੰਨੀ ਤਕਲੀਫ਼ ਚ ਹੋਵੇ ਵੀ ਕੋਈ ਉਹ ਇੰਨਾ ਦਿਲ ਨਾ ਛੋਟਾ ਕਰੇ, ਲੇਕਿਨ ਉਹ ਸਹੀ ਜਗ੍ਹਾ ਤੇ ਪਹੁੰਚ ਜਾਵੇ। ਬਹੁਤ ਵਧੀਆ ਤੁਹਾਡੀ ਇਹ ਸਿਗਾ ਸਟੇਟਮੈਂਟ ਦੈਟ ਤੁਸੀਂ ਚਾਨਣਾ ਪਾਇਆ, ਬਿਕੋਜ਼ ਯੂ ਆਰ ਟਰੂ ਕੇਸ ਹਿਸਟਰੀ। ਔਰ ਬਹੁਤ ਬੱਚੇ ਵੀਰਾ ਸਫ਼ਰ ਕਰ ਰਹੇ ਨੇ, ਜੰਮਦੇ ਬੱਚੇ ਤੁਸੀਂ ਦੇਖੋ, ਮੁੜ ਕੇ ਤੁਸੀਂ ਹਸਪੀਟਲ ਦਾ ਸ਼ਕਲ ਤਾਂ ਨਹੀਂ ਦੇਖੀ ਨਾ? ਅਸੀਂ ਜੀ ਗਏ ਨੀ ਮੁੜ ਕੇ ਉਹਦੇ ਕੋਲ, ਅਸੀਂ ਕਿਹਾ ਜੀਪੀ ਤੇ ਜਾਣਾ ਹੀ ਨੀ, ਹੁਣ ਬਸ ਜੋ ਵੀ ਕੁਛ ਹੈ ਇੱਥੋਂ ਹੀ ਨਾ, ਇੱਥੋਂ ਹੀ ਰਾਮ ਹੋਣਾ। ਸੋ ਨਾਈਸ, ਸੋ ਨਾਈਸ। ਪਹਿਲਾਂ ਤਾਂ ਮੈਂ ਤੁਹਾਡਾ ਤਾਂ ਦਿਲੋਂ ਧੰਨਵਾਦ ਕਰਦੀ, ਤੁਸੀਂ ਵਿਸ਼ਵਾਸ ਪਾਇਆ ਔਰ ਅਰਦਾਸ ਕਰਕੇ ਕਰੋ ਤੁਰੇ ਕਿ ਰੱਬ ਦੀ ਜਿਹੜੀ ਕਹਿੰਦੇ ਕਈ ਵਾਰੀ ਦੇਰ ਹੁੰਦੀ ਅੰਧੇਰ ਨਹੀਂ, ਉਹ ਵਿਸ਼ਵਾਸ ਲੈ ਕੇ ਤੁਸੀਂ ਘਰ ਆਏ, ਮੇਰੀ ਕਲੀਨਿਕ ਆਏ ਆ, ਐਂਡ ਤੁਸੀਂ ਉਸ ਦੇ ਵਿੱਚ ਆਪਣੀ ਵਾਈਫ ਦੀ ਵੀ ਨਿਊਟ੍ਰੀਸ਼ਨ ਡਾਇਟ ਔਰ ਉਹਦੀਆਂ ਵੀ, ਮੈਨੂੰ ਯਾਦ ਹੈ ਉਹਦੇ ਫੇਸ਼ੀਅਲ ਸ਼ਾਈਆਂ ਵੀ ਨਿਖਰ ਗਈਆਂ ਮੂੰਹ ਤੇ, ਉਹਨੂੰ ਆਹ ਤੁਸੀਂ ਦਿੱਤੀਆਂ ਕੈਪਸੂਲ ਦਿੱਤੇ ਕੁਛ ਪੀਣ ਵਾਸਤੇ ਦਿੱਤੀਆਂ, ਉਹਦੇ ਨਾਲ ਸਾਰਾ ਕੁਛ ਇਹਦਾ ਕਲੀਅਰ ਹੋ ਰਿਹਾ। ਵੈਰੀ ਗੁੱਡ, ਥੈਂਕ ਯੂ ਸੋ ਮਚ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਜੁਗ ਜੁਗ ਜੀਵੋ, ਪਰ ਤੁਸੀਂ ਇੰਨੇ ਘਬਰਾ ਗਏ ਸੀਗੇ, ਤੁਸੀਂ ਕਹਿੰਦੇ ਸੀ ਅਸੀਂ ਭਾਈ ਹੋਰ ਬੱਚਾ ਨਹੀਂ ਬਣਾ ਸਕਦੇ, ਪਰ ਇੱਥੇ ਸਟੋਰੀ ਨਾ ਬੰਦ ਕਰਿਓ, 2.5 to 3.5 ਚਿਲਡਰਨ ਜ਼ਰੂਰ ਫੈਮਿਲੀ 'ਚ ਹੋਣੇ ਚਾਹੀਦੇ, 3-4 ਜਵਾਕ ਹੋਣ ਤਾਂ ਸੋਹਣੀ ਰੌਣਕ ਲੱਗਦੀ ਘਰ 'ਚ, ਪਰ ਡਰਿਓ ਨਾ ਕਿ ਇੱਕ ਬੱਚੇ ਨਾਲ ਹੀ, ਤੁਹਾਡੀ ਮੈਡਮ ਕਹਿੰਦੀ ਸੀ ਮੇਰੇ ਤਾਂ ਕੰਨਾਂ ਨੂੰ ਹੱਥ ਲੱਗ ਗਿਆ। ਵਿਸ਼ਵਾਸ ਰੱਖੋ, ਅਕਾਲ ਚੈਨਲ ਸੁਣਦੇ ਰਹੋ, ਮੈਨੂੰ ਸਪੋਰਟ ਕਰਦੇ ਰਹੋ ਔਰ ਜਿਹੜੇ ਵਧੀਆ ਖਾਣੇ ਬੱਚੇ ਦੇ ਗਾਹਾਂ ਜਿਹੜੇ ਆਪਾਂ ਕਰਨੇ ਨੇ ਇਨ ਟੂ ਸੋਲਿਡ ਫੂਡ, ਪਲੀਜ਼ ਮੈਂ ਚਾਨਣਾ ਪਾਊਂਗੀ, ਵਾਪਸ ਆਓ, ਵਧੀਆ ਖਾਣੇ ਦੀ ਤੁਹਾਨੂੰ ਸਿਚੁਏਸ਼ਨ ਦੱਸਾਂਗੀ, ਗਲਤ ਖਾਣਿਆਂ 'ਤੇ ਆਪਾਂ ਨਹੀਂ ਜਾਣਾ। ਥੈਂਕ ਯੂ ਸੋ ਮਚ ਕਾਲਰ ਜੀ, ਤੁਸੀਂ ਜਿਹੜਾ ਇੰਨਾ ਚਾਨਣਾ ਪਾਇਆ, ਗੋਡ ਬਲੈਸ ਯੂ, ਸਤਿ ਸ਼੍ਰੀ ਅਕਾਲ। ਸੋ ਇਹ ਸੀ ਕਾਲਰ ਜਿਹੜੇ ਕਾਲ ਕਰ ਰਹੇ ਸੀਗੇ ਕਿ ਜਵਾਕ ਉਹਨਾਂ ਦਾ ਨਵਾਂ ਜਿਹਨਾਂ ਦੀ ਬਰਥ ਹੋਇਆ ਸੀਗਾ ਔਰ ਇਹਨਾਂ ਦੀ ਬਹੁਤ ਪਰੇਸ਼ਾਨੀ ਸੀਗੀ, ਬੀਇੰਗ ਫਸਟ ਪੇਰੈਂਟਸ ਹੋ ਕੇ ਇਹਨਾਂ ਨੂੰ ਪਰੇਸ਼ਾਨੀ ਇੰਨੀ ਹੋ ਗਈ ਸੀ ਕਿ ਮੁੜ ਕੇ ਹੋਰ ਜਵਾਕ ਨਹੀਂ ਬਣਾਉਣਾ, ਇੰਨੀ ਪਰੇਸ਼ਾਨੀ, ਬੇਚੈਨੀ, ਨੀਂਦ ਦੀ, ਇਹਨਾਂ ਨੇ ਸ਼ਿਫਟ ਕਰਨਾ ਵਰਕ, ਵਾਈਫ ਨੇ ਘਬਰਾਉਣਾ, ਸਾਰੀ ਰਾਤ ਦਿਨ ਕੁੱਛੜ ਹੋਣਾ ਬੱਚਾ, ਐਂਡ ਇਟ ਬਿਕਮਸ ਅ ਸੀਰੀਅਸ ਇਸ਼ੂ। ਆਈ ਹੋਪ ਹੋਰ ਕੋਈ ਕਾਲਰਸ ਵੀ ਕਿਊ ਅਪ ਹੋਣਗੇ ਸਾਡੇ ਕੋਲ ਜਿਹੜੇ ਚਾਨਣ ਪਾਓਗੇ, ਆਈ ਥਿੰਕ ਦੇ ਸ਼ੁੱਡ ਬੀ ਵਨ ਕਾਲਰ।
that should be able to give us some information because it's very important in situations. So dermatitis, dry, itchy skin, inflammation undi, whipping undi, encrustation, matlab navi skin, bandi randi, 10 guna jada, and poor lymphatic drainage. Body drain ni kari fluids. Obviously, hospital cream, steroids, koi bachyano suit kardia, kayano nahi. Aur jitsa half time to pello mekarisigi, tuned on the sangi India de which skin cancer the masla kyo horia or kati hoiga, methanu dasti jama. South India, Delhi, Punjab, ek cheez bahut vikdi hai, that is between about 3,800 rupees plus to even 8,000 rupees is skin lightening cream, which is beautification, ke skin thodi nikhre. Daksha, this is not a situation, these are serious carcinogenic skin causing creams which have titanium oxide, which is the most dangerous chemical, although it does not go beyond the glands, it is a barrier, but it is still dangerous to the upper surface. Koi bhi thodi DNA rab ne deta ya thode color code karta ya tusi oh color honge time pa ke jede sharab pinde smoking karde ne bacche. Alcohol abuse is a big problem. Fizzy colors drinks is a big problem. Fizzy drinks, colored cereals, these are a big problem. Sweets are a big problem. Sugar, har vele mere subject sugar kyon aandi ya, it's the biggest drug, it is the biggest problem that creates acidity to the skin, that disturbs the stomach pH levels, that disturbs the skin pH levels, that disturbs the blood pH levels and urine pH levels. Eddu vadiya ganda khana keda ho sakda duniya de vich, par sadi sangat nahi hatdi. Bandiyan ne jalebiyan, pakode, samosa, all the foods which are so dangerous, and these are the foods that cause huge amount of liver stress, bad fats and oil, vegetable oils, bahut cook shows dekhte raho duniya de kone kone tu ma pe gaya about Akal channels cook show. So jinna ne vi apne rishtedaran nu dassya, main thada teh dilo dhanwad kardiyan. Obviously, depending on digestion, poor metabolism, jeda histazyme nahi banda, oh banan lapanda with my products. Going on to good foods, obviously, mother should have good fats. Bacche jena nu eczema psoriasis a, I can't specify the foods, but I can say ke callers jena ne is program de vich channel paya, ona khud dasre thanu change of diet, lifestyle, mother di lifestyle, bacche nu powdered milk wal dhyan na karo, bottled breastfed milk is the best, and those children have a higher immunity than bottle fed babies. Obviously, nail varnishes, kanyanu contact dermatitis hai. Nail varnishes are quite dangerous. I've had cases jithe ladkiyan jaake nail extensions karandiyan ne and acrylic nails lagandiyan, and in these Chinese saloons ke utthe pata nahi hazaare bandeyan de nails file kitte hunde ne, and they have put their nails under that light to get the acrylic nails to stick with the glue, which disturbs the nail so much that it takes 2 to 3 months to bring the nail smoothness. Jedi ke ik keratina. Keratin is needed by hair, skin and nails. Such a complex product saadi kudrat ne sanu sharir de vich ditta, that when you put acrylic extension nails, and those children, girls fashion de mate have ended up having contact dermatitis or hath pare paine, you know, and nail varnish is also very toxic. I think the food industry, perfumes, sprays, body sprays, antiperspirant sprays have become seriously dangerous because they all have aluminium. Note, they have aluminium and seep through the glands, can block glands to cause sweat glands to block, to become cysts, to become abnormal cancer tissues, or normal, can be benign or malignant tissues. So sprays, do not use things that have titanium, do not use things that have parabens, do not use things that have got aluminium. I'm not going to give any specific name brands, khaskar jadon tusi clinic chaunge, one to one, we need to protect the, obviously, people at large. Chevre, pakode and matri, eh cheeza, again very high saturated in bad fats, not a very good way of having a good health. So, you know, nutrition and diet is very important. Pani peena. Obviously, any psoriasis eczema patients pani pinde, but it could be the tap water, which is high in lead
and fluorine and chlorine. I've always promoted for the last 35 years distilled waters. Khud assi distiller rakhde haan, vechde vi haan, American brands. Aur you know, 19 saalan de vich kadi distiller change nahi kita, sirf descaling karde haan. Ode vich aur anna scale nikalde haan, par pure distilled water, jehda koi gaddi da shakeen ho, unhanu pata hai ke batteriyan de vich distilled water penda haan, which is pure and has no lime scale. That can also be an issue, hydrating yourself, but oiling from the inside, not from the outside. Baro crema, potion, lotion, laije or sangto, it doesn't solve your problem. Seven layers thalyo, thadi oiling, greasing, andar sreech, sahi matre di, sahi products di hoigi. It will be a journey of having good health. It will be a journey of having a good society and healthy children. Dekhte raho mera program, which is varied from diabetes, cholesterol, blood pressure, depression, going on to eczema, psoriasis. Vakre vakre andaaz de program lakke aavangi. There is another subject very close to me, which is cancers. I will also put chanana into that program. But keep anxiety, stress ka dao, because eh cheezan bahut upset kar diyan ne. Adrenaline anna ban janda ya with stress. Jinhan nu pehlo eczema kadi nahi si, baad cho ho gaya. They might be on a very high adrenaline level, that the body's cortisol has become completely out of control. Too much heat now comes in a situation of eczema and psoriasis. So complex any body ya, idha khyal rakho. Aapa isri de pehredar hege ne. We are the caretakers of this body. We are the people who are going to give janam to the next generation, a healthier, a finer and a happier generation without drugs, alcohol. We must put chanan in that as well. There's nothing to be ashamed about. The world, if we hide these things, we are not telling our children, we are not preparing our children for the next generation. Good food and not living on fast foods and fried chips that have four different carcinogenic oils. Car chips banao, rapeseed oil de vich tel sut do. Yes, treat your children to good foods, foods that they love, foods they think, pizzas, bar de fungus, chitte atta, seriously, notoriously dangerous. Constipation is a big problem. So mother nu constipation hoegi, te bachche nu constipation hoegi. Kis tarah like a cycle chalda. Daksho, we are born with the color code that God gave us. We are born with the in a Sikhi religion. We need to practice it. We need to be following the principles and have a good healthy life, because ik janam de vich je sanu bimari ne kher liya aur bachiyan di saadi generation nu bimari ne kher liya, we have to answer for ourselves, why are we producing this kind of generation. ਇਹ ਮੈਂ ਚਾਨਣਾ ਪਾਉਣਾ ਚਾਹੁੰਦੀ ਹੁੰਦੀ ਹਰ ਪ੍ਰੋਗਰਾਮ ਦੇ ਵਿੱਚ. ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ. 26 ਜੁਲਾਈ ਮਿਲਾਂਗੇ ਤੁਹਾਨੂੰ ਖਾਲਸਾ ਪ੍ਰਾਇਮਰੀ ਸਕੂਲ ਵੈਕਸਮ ਰੋਡ ਸਲਾਹ ਦੇ ਮੇਲੇ 'ਤੇ, ਜਿੱਥੇ ਪਿੰਨੀਆਂ ਜਿਹੜੀਆਂ ਮੈਂ ਲਾਂਚ ਕੀਤੀਆਂ ਕਿ ਜਿਹੜੀਆਂ ਬ੍ਰੈਸਟ ਫੈਡ ਮਦਰ ਸੀਗੀਆਂ, ਜਿਨ੍ਹਾਂ ਦੇ ਬੱਚਿਆਂ ਨੂੰ ਕ੍ਰੇਡਲ ਕੈਪ ਸੀਗਾ, ਐਗਜ਼ੀਮਾ ਸੀਗਾ, ਮਦਰ ਨੇ ਪਿੰਨੀਆਂ ਖਾ ਕੇ ਪ੍ਰੂਫ ਕਰਤਾ ਥਰੂ ਡਾਇਟ ਐਂਡ ਨਿਊਟ੍ਰੀਸ਼ਨ ਆਲਸੋ, ਕਿ ਉਸ ਮਦਰ ਦੇ ਡਾਇਟ ਦੇ ਥਰੂ ਬੱਚੇ ਦਾ ਐਗਜ਼ੀਮਾ ਕਲੀਅਰ ਹੋ ਗਿਆ. ਓਬਵੀਅਸਲੀ ਗਿਵਿੰਗ ਅਦਰ ਥਿੰਗਸ ਟੂ ਦ ਚਾਈਲਡ. ਸੋ ਪਿੰਨੀਆਂ ਉੱਥੇ ਹੋਈ ਗਈਆਂ. ਗੋਇੰਗ ਔਨ ਗੁੱਡ ਫੂਡਸ ਐਂਡ ਮਾਈ ਪ੍ਰੋਗਰਾਮ ਸਟਾਰਟਸ ਵਿਦ ਦ ਰੀਜ਼ਨ, ਟੇਕਿੰਗ ਦ ਪ੍ਰੀਕੋਸ਼ਨਸ ਐਂਡ ਆਲਸੋ ਦ ਕਿਓਰ ਪ੍ਰੀਵੈਂਸ਼ਨ. ਟੇਕ ਕੇਅਰ ਆਫ ਯੋਰ ਸੈਲਫ ਐਂਡ ਟੇਕ ਯੂ ਟੂ ਅਨਦਰ ਜਰਨੀ, ਅਨਦਰ ਸ਼ੋ. ਸਟੇ ਟਿਊਨਡ, ਕਮਿੰਗ ਐਵਰੀ ਵੈਨਸਡੇ 5:20 ਔਨ ਅਕਾਲ ਚੈਨਲ, which is going to be an amazing journey for our community's health, which is taking care of ourselves, of our generation, and saadi aan wali paneeri safar na kare, then we know that we have fought a battle of the 21st century diseases. Take care of yourself and each other. See you on the 26th of July, jithe Akal Channel bahut hum hama ke aa rya, usse mele te milange fir. Take care of yourself and each other. Sat Sri Akal. Bole sone hale.